ਪੰਜਾਬੀ ਰੀਡਰ 782020 ਐਡੀਸ਼ਨ ਲੈਸਨ 12 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਅਸੀਂ ਪਾਠ ਪੜਾਂਗੇ ਪਾਠ ਨੰਬਰ 12 ਗੁਰੂ ਪਿਆਰੇ ਮਹਾਪੁਰਖ ਬਾਬਾ ਬੁੱਢਾ ਜੀ ਇਸ ਪਾਠ ਵਿੱਚ ਆਏ ਔਕੇ ਸ਼ਬਦ ਪੜਨੇ ਅਤੇ ਇਹਨਾਂ ਦੇ ਮਤਲਬ ਸਿੱਖੋ ਸੋ ਆਈ ਵਿਲ ਸੇ ਦ ਵਰਡਸ ਫॉर ਯੂ ਐਂਡ ਯੂ ਕੈਨ ਰੀਡ ਦ ਮੀਨਿੰਗਸ ਸ਼ਰਦਾ ਵੱਡੇ ਛੋਟੇ ਮਿੱਧ ਦਿੱਤੇ ਪਾਂਡਾ हाले महापुरख महापुरखो समझ आ गया बचन सुनाओ दे बिता के, दुख कटिया जावे जुड़ गए वागी पै गया वड्डी उमर ਕਦੀ ਵੀ ਬਸ ਗੁਰੇ ਆਈ ਬਾਬਾ ਬੁੱਢਾ ਜੀ ਦਾ ਪਹਿਲਾ ਨਾਂ ਬੂੜਾ ਸੀ ਉਹ ਆਪਣੇ ਪਿਤਾ ਨਾਲ ਖੇਤ ਵਿੱਚ ਕੰਮ ਕਰਦੇ ਤੇ ਮੱਝਾਂ ਚਾਰਦੇ ਇੱਕ ਵਾਰ ਉਹ ਆਪਣੇ ਪਿਤਾ ਨਾਲ ਖੇਤ ਵਿੱਚ ਸਨ ਮੁਗਲ ਸਿਪਾਹੀ ਅਤੇ ਉਹਨਾਂ ਦੇ ਘੋੜੇ ਉਹਨਾਂ ਦੇ ਖੇਤ ਵਿੱਚੋਂ ਲੰਘੇ ਉਹਨਾਂ ਦੇ ਘੋੜਿਆਂ ਨੇ ਵੱਡੇ ਛੋਟੇ ਸਭ ਬੂਟੇ ਮਿੱਦ ਦਿੱਤੇ ਤੇ ਟ੍ਰੈਂਪਲ ਦèm ਉਹ ਦੇਖ ਕੇ ਬੂੜੇ ਦਾ ਮਨ ਉਦਾਸ ਹੋ ਗਿਆ ਕੁਝ ਦਿਨ ਬਾਅਦ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਉਹਨਾਂ ਦੇ ਪਿੰਡ ਕੱਥੂ ਨੰਗਲ ਵਿੱਚ ਆਏ ਪਿੰਡ ਦੇ ਬਾਹਰ ਦਰਖਤ ਹੇਟਾਂ ਬੈਠ ਗਏ ਤੇ ਕੀਰਤਨ ਕਰਨ ਲੱਗੇ ਬੂੜਾ ਜੀ ਉਸ ਵੇਲੇ ਕੋਈ 12 ਸਾਲ ਦੇ ਸਨ ਉਨਾਂ ਦੇ ਕੰਨਾਂ ਵਿੱਚ ਗੁਰੂ ਨਾਨਕ ਦੀ ਮਿੱਠੀ ਆਵਾਜ਼ ਪਈ ਬੂੜਾ ਜੀ ਨੇ ਗੁਰੂ ਜੀ ਨੂੰ ਮਿਲਣਾ ਚਾਹਿਆ ਝਟਪਟ ਘਰ ਗਏ ਮਾਂ ਕੋਲੋਂ ਇੱਕ ਦੁੱਧ ਦਾ ਭਾਂਡਾ ਲੈ ਆਏ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਦੁੱਧ ਦਾ ਭਾਂਡਾ ਗੁਰੂ ਨਾਨਕ ਦੇਵ ਜੀ ਨੂੰ ਪੇਟ ਕੀਤਾ ਗੁਰੂ ਨਾਨਕ ਦੇਵ ਜੀ ਨੂੰ ਬੂੜਾ ਜੀ ਦੇ ਪਿਆ ਦਾ ਪਿਆਰ ਸਮਝ ਆ ਗਿਆ ਉਸ ਨੂੰ ਕੋਲ ਬਿਠਾਇਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਾਕਾ ਤੂੰ ਤਾਂ ਹਾਲੇ ਬਹੁਤ ਛੋਟਾ ਹੈ ਤੇਰੇ ਮਨ ਵਿੱਚ ਵੱਡਿਆਂ ਵਾਸਤੇ ਇੰਨੀ ਸ਼ਰਦਾ ਕਿੱਥੋਂ ਆਈ ਦੱਸ ਤੈਨੂੰ ਕੀ ਚਾਹੀਦਾ ਹੈ ਬੂੜਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਮਹਾਪੁਰਖੋ ਕਿਰਪਾ ਕਰੋ ਬਚਨ ਸੁਣਾਓ ਤਾਂ ਕਿ ਮੇਰਾ ਜਨਮ ਮਰਨ ਦਾ ਦੁੱਖ ਕਟਿਆ ਜਾਵੇ ਗੁਰੂ ਨਾਨਕ ਬੋਲੇ ਕਾਕਾ ਤੇਰੀ ਉਮਰ ਤਾਂ ਹਾਲੇ ਖਾਣ ਪੀਣ ਦੀ ਹੈ ਹਾਲੇ ਤੇਰੇ ਤੇ ਜਵਾਨੀ ਆਉਣੀ ਹੈ ਤੂੰ ਜਨਮ ਮਰਨ ਬਾਰੇ ਕਿਉਂ ਸੋਚਦਾ ਹੈ ਬੂढ़ा ਜੀ ਬੋਲੇ ਮਹਾਂਪੁਰਖ ਕੋਈ ਪਤਾ ਨਹੀਂ ਮੌਤ ਕਦ ਆ ਜਾਵੇ ਜਦ ਮੁਗਲਾਂ ਦੇ ਘੋੜਿਆਂ ਨੇ ਸਾਡੇ ਖੇਤ ਤੇ ਵੱਡੇ ਛੋਟੇ ਸਾਰੇ ਬੂਟੇ ਮਿੱਦ ਦਿੱਤੇ ਤਾਂ ਮੈਨੂੰ ਸਮਝ ਆਈ ਕਿ ਜ਼ਰੂਰੀ ਨਹੀਂ ਕਿ ਮੌਤ ਵੱਡੀ ਉਮਰ ਬਿਤਾ ਕੇ ਹੀ ਆਉਣੀ ਹੈ ਇਹ ਤਾਂ ਕਦੀ ਵੀ ਆ ਸਕਦੀ ਹੈ ਇਸ ਲਈ ਮੈਂ ਮੌਤ ਦੇ ਡਰ ਨੂੰ ਖਤਮ ਕਰਨਾ ਚਾਹੁੰਦਾ ਹਾਂ ਗੁਰੂ ਨਾਨਕ ਦੇਵ ਜੀ ਨੇ ਬੂੜਾ ਜੀ ਨੂੰ ਛਾਤੀ ਨਾ ਲਾਇਆ ਕਾਕਾ ਤੇਰੀ ਉਮਰ ਬੱਚਿਆਂ ਵਾਲੀ ਹੈ ਪਰ ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈ ਤੂੰ ਤਾਂ ਬਾਬਾ ਬੁੱਢਾ ਹੈ ਬਸ ਉਸ ਦਿਨ ਤੋਂ ਹੀ ਬੂੜੇ ਦਾ ਨਾਮ ਬਾਬਾ ਬੁੱਢਾ ਪੈ ਗਿਆ ਤੇ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਹਮੇਸ਼ਾ ਲਈ ਜੁੜ ਗਏ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਜੀ ਤੱਕ ਗੁਰੂ ਸਹਿਬਾਨ ਦੀ ਸੇਵਾ ਕੀਤੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਕੋਲੋਂ ਜਪਜੀ ਦਾ ਪਾਠ ਸੁਣਿਆ ਗੁਰੂ ਅਮਰਦਾਸ ਜੀ ਕੋਲੋਂ ਅਨੰਦ ਸਾਹਿਬ ਦਾ ਪਾਠ ਸੁਣਿਆ ਗੁਰੂ ਰਾਮਦਾਸ ਜੀ ਕੋਲੋਂ ਲਾਵਾ ਦਾ ਪਾਠ ਅਤੇ ਗੁਰੂ ਅਰਜਨ ਦੇਵ ਜੀ ਕੋਲੋਂ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਤੱਕ ਗੁਰਿਆਈ ਦਾ ਤਿਲਕ ਗੁਰੂਆਂ ਦੇ ਮੱਥੇ ਤੇ ਲਾਇਆ ਬਾਬਾ ਬੁੱਢਾ ਜੀ ਨਾਲੋਂ ਜ਼ਿਆਦਾ ਵੱਡਪਾਗੀ ਕੌਣ ਹੋ ਸਕਦਾ ਹੈ 418 ਸ਼ਬਦ Amazing, right? Grammar point. Post positions. Now we call them as prepositions in English. Punjabi, like English, has post positions that describe where things are. They make the writing clear to understand. And these are some of the post positions Bahar, heta, Andar, toon, kolon, and Bahar. Oh, we have Bahar twice. We just need Bahar once. Take it. ਸੋਮ ਵਰਕਰ ਦਾ ਕੰਮ ਇਸ ਪਾਠ ਵਿੱਚ ਉੱਪਰ ਲਿਖੀਆਂ ਪੋਸਟ ਪੋਜੀਸ਼ਨਸ ਲੱਭੋ ਤੇ ਉਹ ਵਾਲੇ ਬਾਅ ਕ ਇੱਥੇ ਕਾਪੀ ਕਰਕੇ ਲਿਖੋ ਠੀਕ ਹੈ ਫੋਰ ਐਗਜ਼ਾਮਪਲ lettes see um so we can look at the word ਬਾਹਰ ਹੇਠਾਂ ਜਾਂ ਅੰਦਰ ਬਾਹਰ ਬਾਹਰ So, you will copy this one and the sentence over here. And if you think you can't find these sentences with these, then you can write your own sentences here also. And then, grammar point two word pairs. Punjabi, like English, has word pairs that always come together. They make an impact in speaking, reading, and writing. So these are also the um, opposites, they're their antonyms. This one should be Utte with the tatta. Utte thalle, right? I think there's a mistake here. So let's go ahead and fix it. I will write it for you. It should say Utte, not Utte. In your book also, please fix it. Utte. And there's a that. All right. So that that's what it is. So they're antonyms, opposites. So learn them, memorize them. Homonyms. So there are words that sound the same, um, same spelling, but their meanings are different. For example, tak. Jime char to panj baje tak. Till. Tak means look. Jode means mehat. Jode, folded, fixed, or tied. And jode means a pair of something. um ik joda joraba ik joda juttian right var uh, means turn ik var aur var means day et var somwar mangalwar khana means food aur khana means a verb to eat pher means again aur pher means to walk around ghum pher ke auna theek hai upar likhe koi dod do jode homonyms nu vaqaa vich varto so inna de vichon tak tak jode jode Any one of these, two of these, you can use them in sentences. And then you will write answers to these questions and um, choose the right answer, then connect the sentence parts, and then here they are. Um, i would correct here so connect them with their meanings then on, on thursday we time i know which one you're going to do i think you're probably going to write it right yeah maybe i'm kidding so um, yeah do whichever you want to do reading and writing both are significant both are important and both are uh, going to help you um, to improve reading. Okay. So I will see you in the next lesson. Until then, Vahigulji Ka Khalsa, Vahigulji Ki Fateh.